ਸ਼ਹਿਰ ਮਲੇਰਕੋਟਲਾ ਵਿੱਚ ਹੋ ਰਹੇ ਵਿਕਾਸ ਕਾਰਜ ਲੋਕਾਂ ਲਈ ਵੱਡੀ ਸਰਦਰਦੀ ਬਣੇ ਹਨ। ਇੱਕਦਮ ਸਾਰੇ ਪਾਸੇ ਵਿਕਾਸ ਕਾਰਜ ਸ਼ੁਰੂ ਕਰਨ ਵੱਡੇ ਵੱਡੇ ਜਾਮ ਲੱਗ ਰਹੇ ਹਨ, ਜਿਸ ਕਰਕੇ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਮਿਲ ਰਿਹਾ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਬਣ ਰਹੇ ਓਵਰ ਬ੍ਰਿਜ ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਬਹੁਤ ਵਾਰ ਹਾਦਸੇ ਵੀ ਹੋ ਚੁੱਕੇ ਹਨ। ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਇਹਨਾਂ ਵੱਲੋਂ ਵਰਤੋਂ ਕੀਤਾ ਜਾਣ ਵਾਲਾ ਮਟੀਰੀਅਲ ਬਹੁਤ ਘਟੀਆ ਹੈ। ਜੋ ਪਾਈਪ ਪਾਏ ਜਾ ਰਹੇ ਹਨ ਉਹ ਵੀ ਕਈ ਥਾਵਾਂ ਤੋਂ ਟੁੱਟੇ ਹਨ। ਵਿਕਾਸ ਕਾਰਜ ਤਾਂ ਜਿਹੜੇ ਤੇ ਉਹ ਸ਼ੁਰੂ ਹੋ ਗਏ ਨੇ, ਪਰ ਵਿਕਾਸ ਕਾਰਜਾਂ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀਆਂ ਨੇ, ਕਿਉਂਕਿ ਸ਼ਹਿਰ ਦੀ MLA ਨੇ ਥਾਂ ਥਾਂ 'ਤੇ ਸੜਕਾਂ ਦੇ ਉਦਘਾਟਨ ਕਰ ਦਿੱਤੇ, ਸੜਕਾਂ ਪੱਟ ਕੇ ਸੁੱਟ ਦਿੱਤੀਆਂ। ਇਹ ਨਹੀਂ ਵੀ ਹਾਂ ਇੱਕ ਸੜਕ ਦਾ ਉਦਘਾਟਨ ਕਰਿਆ, ਇੱਕ ਸੜਕ ਬਣ ਗਈ ਫਿਰ ਉਹਦੇ ਬਾਅਦ ਦੂਜੀ, ਇਹਨਾਂ ਦਾ ਕੰਟੀਨਿਊ ਸੜਕਾਂ ਦੇ ਪੱਟ ਪੱਟ ਕੇ ਸੁੱਟਤੀਆਂ। ਹਜੇ ਤੱਕ ਮਲੇਰਕੋਟਲੇ ਦੇ ਵਿੱਚ ਕੋਈ ਸੜਕ ਜਿਹੜੀ ਹੈਗੀ ਆ ਉਹ ਬਣੀ ਨਹੀਂ। ਜਿਹੜਾ ਪੁੱਲ ਦਾ ਕੰਮ ਤੇ ਉਹ ਵੀ ਹਜੇ ਤੱਕ ਅਧੂਰਾ ਪਿਆ ਹੈ, ਉਹ ਵੀ ਨਹੀਂ ਹਜੇ ਤੱਕ ਬਣਿਆ। ਹਾਲ ਆ ਜੀ ਸੜਕਾਂ ਦਾ, ਪਿੰਡਾਂ ਤੋਂ ਲੋਕ ਆਉਂਦੇ ਨੇ ਦੱਸਦੇ ਨੇ ਆਹ ਸਰਕਾਰੀ ਹਸਪਤਾਲ ਨੂੰ ਜਿਹੜੀ ਸੜਕ ਬਣਦੇ ਇੱਥੇ ਕੀ ਹਾਲ ਕੀਤਾ, ਕੋਈ ਵਿਕਾਸ ਕਿਹੜਾ, ਮੈਂ ਵਿਕਾਸ ਕਹਿੰਦੇ ਕੀਤਾ, ਕੋਈ ਇਹਨਾਂ ਨੇ ਵਿਕਾਸ ਨਹੀਂ ਕੀਤਾ। ਸੜਕਾਂ ਦਾ ਤਾਂ ਇੰਨਾ ਬੁਰਾ ਹਾਲ ਉਹ ਕਦੇ ਜ਼ਿੰਦਗੀ 'ਚ ਆਪਦੀ ਸੁਰਤ 'ਚ ਨਹੀਂ ਦੇਖਿਆ, ਬਹੁਤ ਬੁਰਾ ਹਾਲ ਆ ਜੀ ਮਲੇਰਕੋਟਲੇ ਦਾ, ਸੁੱਤੀ ਪਈ ਆ ਸਰਕਾਰ। ਇਹ ਤਾਂ ਕੋਈ ਮਟੀਰੀਅਲ ਵਧੀਆ ਨਹੀਂ ਲੱਗ ਰਿਹਾ ਜੀ ਇੱਥੇ, ਕਿਹੜਾ ਮਟੀਰੀਅਲ ਵਧੀਆ ਲੱਗ ਰਿਹਾ, ਕਿਸੇ ਉੱਚ ਅਧਿਕਾਰੀ ਦੀ ਉਹਦੀ ਜਾਂਚ ਤਾਂ ਕਰਾਈ ਜਾਵੇ, ਪਹਿਲਾਂ ਬੁਲਾ ਕੇ ਕਿਸੇ ਨੂੰ ਉਹ ਜਾਂਚ ਕਰਕੇ ਜਾਵੇ, ਦੇਖੇ ਤਾਂ ਸੀ ਇੱਥੇ ਕੋਈ ਨਹੀਂ ਆਉਂਦਾ, ਇੱਥੇ ਸਿਰਫ ਆਉਂਦੇ ਨੇ, ਕੋਈ ਮੈਡਮ ਆਪ ਖੁਦ ਨਹੀਂ ਆ ਰਹੀ ਇੱਥੇ ਦੀ ਵਿਧਾਇਕ, ਸਿਰਫ PA ਆਉਂਦੇ ਆ, ਉਹਨਾਂ ਦੇ ਜਿਹੜੇ ਪਾਰਟ ਇੱਥੇ ਇਸ ਏਰੀਆ ਦੇ ਬੰਦੇ ਹੁੰਦੇ ਨੇ ਉਹਨਾਂ ਤੋਂ ਵੀ ਕੋਲ ਖੜ ਕੇ ਕਹੀ ਮਰਵਾ ਕੇ ਕਹਿੰਦੇ ਨੇ ਕਿ ਉਹ ਪੱਟ ਤਾਂ ਹੀ ਉਦਘਾਟਨ ਕਰਤਾ, ਜਿਹੜੇ ਠੇਕੇਦਾਰ ਨੂੰ ਉਦਘਾਟਨ ਕਰਾ ਪਟਵਾ ਪਟਵਾ ਸਿੱਟੀ ਜਾਂਦੇ ਠੇਕੇਦਾਰ ਤੋਂ, ਠੇਕੇਦਾਰ ਨੂੰ ਕੋਈ ਇਹਨਾਂ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਸਿਵਾਏ ਕਮਿਸ਼ਨ ਤੋਂ, ਇਹਨਾਂ ਨੇ ਕਮਿਸ਼ਨ ਲੈਣਾ, ਹੋਰ ਕੋਈ ਕੋਈ ਗੱਲ ਨਹੀਂ ਹੈਗੀ। ਮਟੀਰੀਅਲ ਦੀ ਤਾਂ ਜਾਂਚ ਕੀਤੀ ਜਾਵੇ, ਮਟੀਰੀਅਲ ਤਾਂ ਬਹੁਤ ਘਟੀਆ ਮਟੀਰੀਅਲ ਲੱਗ ਰਿਹਾ। ਆਹੀ ਸੜਕ ਅੱਜ ਤੋਂ 6 ਮਹੀਨੇ ਪਹਿਲਾਂ ਇੱਥੇ ਅਸੀਂ ਖੜ ਕੇ ਫੋਟੋਆਂ ਖਿਚਾ ਕੇ ਬਕਾਇਦਾ ਬਾਈਟ ਦੇ ਕੇ ਅਸੀਂ ਇੱਥੋਂ ਖਬਰ ਲਾਈ ਸੀਗੀ ਕਿ ਇੱਥੇ ਜਿਹੜੀਆਂ ਚੰਦ ਦੀਆਂ ਸੜਕਾਂ ਇਹਨਾਂ ਨੇ ਬਣਾਤੀਆਂ ਦੀਆਂ, ਉਹ ਚੰਦ ਦੀਆਂ ਸੜਕਾਂ ਨੂੰ ਕਵਰ ਕਰਨ ਵਾਸਤੇ ਇਹਨਾਂ ਨੇ ਇੰਟਰਲੋਕ ਟਾਈਲਿੰਗ ਬਣਾਤੀ 6 ਮਹੀਨੇ ਪਹਿਲਾਂ ਬਣਾਈ ਆ, ਦੇਖ ਲਓ ਤੁਹਾਡੇ ਸਾਹਮਣੇ ਬਣੀ ਹੋਈ ਹੈ, ਔਰ ਪੱਟਣ ਵੀ ਲੱਗੇ। ਇਹ ਦੱਸੋ ਇਹ ਪੈਸਾ ਕਿੱਥੋਂ ਆ ਰਿਹਾ, ਆਖਰ ਪੈਸਾ ਜਨਤਾ ਦਾ ਹੀ ਪੈਸਾ ਫਜ਼ੂਲ ਖਰਚੇ ਹੋ ਰਹੇ, ਵੇਸਟੇਜ ਹੋ ਰਹੇ ਆ। ਅਸੀਂ ਤਾਂ ਕਹਿੰਦੇ ਹਾਂ ਵੀ ਇਹਦੀ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਕਿਸੇ ਉੱਚ ਅਧਿਕਾਰੀ ਦੀ ਨਿਗਰਾਨੀ ਹੇਠ ਜਿਹੜੇ ਵੀ ਰੋਡ ਬਣ ਰਹੇ ਹਨ ਉਹਨਾਂ ਦੀ ਨਿਗਰਾਨੀ ਹੇਠ ਬਣਨੇ, ਨਹੀਂ ਫਿਰ ਅਸੀਂ ਇਹਦੀ ਵਿਸ਼ੇਸ਼ ਪੱਧਰੀ ਜਾਂਚ ਕਰਾਵਾਂਗੇ। ਬਸ ਸਮੱਸਿਆ ਬਹੁਤ ਜ਼ਿਆਦਾ, ਦੇਖੋ ਦਿਨ ਦੇ ਵਿੱਚ ਧੁੰਦ ਹੋਈ ਪਈ ਹੈ, ਬੁਰਾ ਹਾਲ ਆ। ਜਿਹੜਾ ਮੋਟਰਸਾਈਕਲ ਸਕੂਟਰ ਦੇ ਬੰਦਾ ਜਾ ਰਿਹਾ ਉਹ ਪੂਰਾ ਉਹਦੇ ਮੂੰਹ ਨੂੰ ਪਾਊਡਰ ਵਗੈਰਾ ਲੱਗ ਰਿਹਾ। ਇੱਥੇ ਮੈਡਮ ਜੀ ਨੇ ਕਿਹਾ ਸੀ ਵੀ ਲੋਕ ਸੜਕਾਂ ਨੂੰ ਦੇਖ ਰਹੇ ਨੇ, ਲੋਕਾਂ ਨੇ ਤੁਰਨਾ ਸੜਕਾਂ 'ਤੇ ਤਾਂ ਜਾਣਾ ਹੀ ਆ, ਹੋਸਪਿਟਲ ਬੱਸ ਸਟੈਂਡ ਹਰ ਕਾਰੋਬਾਰ ਜੋ ਆ ਜਾਣਾ ਸੜਕਾਂ ਦੇ ਥਰੂ ਹੀ ਜਾਣਾ ਪਊਗਾ। ਜਦ ਸੜਕਾਂ ਹੀ ਨਹੀਂ ਹੈਗੀਆਂ ਲੋਕ ਲੰਘਣਗੇ ਕਿੱਥੋਂ ਜੀ ਲੰਘਣਗੇ। ਇਹ ਸੜਕਾਂ ਕਿਹੜੀਆਂ ਬਣੀਆਂ, ਸਾਰਾ ਸ਼ਹਿਰ ਪੱਟਿਆ ਪਿਆ ਜੀ। ਆਪਣੇ ਨਾਭਾ ਰੋਡ ਤੋਂ ਕਿਸੇ ਨੇ ਲੁਧਿਆਣੇ ਨੂੰ ਜਾਣਾ ਹੋਵੇ ਮੈਨੂੰ ਦੱਸ ਦਿਓ ਵੀ ਉੱਥੋਂ ਬੰਦਾ ਜਿਹੜਾ ਮਲੇਰਕੋਟਲਾ ਕਰੋਸਿੰਗ ਕਰੂਗਾ ਘੱਟੋ ਘੱਟ 1.5 ਘੰਟੇ ਦੇ ਵਿੱਚ ਕਰੋਸਿੰਗ ਹੁੰਦੀ ਆ। ਉਦੋਂ ਲੁਧਿਆਣਾ ਤਾਂ ਜਾ ਰਿਹਾ ਬੰਦਾ 35 ਮਿੰਟ 'ਚ ਲੁਧਿਆਣੇ ਪਹੁੰਚੂਗਾ, ਪਰ ਮਲੇਰਕੋਟਲਾ ਕਰੋਸਿੰਗ ਕਰਨ ਲਈ 1.5 ਘੰਟਾ ਚਾਹੀਦਾ। ਜਿਹੜਾ ਮਰੀਜ਼ ਆ ਮਰੀਜ਼ ਤਾਂ ਉੱਥੇ ਪਹੁੰਚ ਹੀ ਨਹੀਂ ਸਕਦਾ, ਜਦ ਤਾਂ ਕੁਛ ਨਾ ਕੁਛ ਹੋ ਜਾਂਦਾ ਮਰੀਜ਼ ਨੂੰ। ਸਰ ਸਭ ਤੋਂ ਪਹਿਲਾਂ ਤਾਂ ਮਟੀਰੀਅਲ ਤੁਸੀਂ ਖੁਦ ਦੇਖੋਗੇ, ਜਿੱਥੇ ਆਪਾਂ ਇਸ ਵਕਤ ਖੜ੍ਹੇ ਹਾਂ ਕੁਛ ਕੁ ਸਮਾਂ ਪਹਿਲਾਂ ਉਰੇ ਉਦਘਾਟਨ ਕੀਤਾ ਸੀ ਇੰਟਰਲੋਕ ਟਾਈਲਾਂ ਲਾ ਕੇ, ਔਰ ਤੁਸੀਂ ਇਸ ਵਕਤ ਜੇ ਦੇਖੋਗੇ ਇੰਟਰਲੋਕ ਟਾਈਲਾਂ ਟੁੱਟੀਆਂ ਪਈਆਂ ਨੇ, ਬੁਰੇ ਹਾਲ ਹੋਏ ਪਏ ਨੇ। ਮੇਨ ਰੋਡ ਉਰੇ ਹੋਸਪਿਟਲ ਨਾਲ ਹੋਣ ਕਰਕੇ ਬੜਾ ਜ਼ਰੂਰੀ ਹੈ ਕਿ ਉਰੇ ਰੋਡ ਬਣਿਆ ਹੋਵੇ, ਪਰ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ, ਸਮੱਸਿਆ ਹੀ ਸਮੱਸਿਆ ਹੈ। ਉਰੇ ਸੁਵਿਧਾ ਇਹਨਾਂ ਵੱਲੋਂ ਕੋਈ ਨਹੀਂ, ਹੁਣ ਤਾਂ ਚਾਹੁੰਦਾ ਹੈ ਪੰਜਾਬ ਜਾਵੇ ਕੈਪਟਨ ਦੀ ਸਰਕਾਰ। ਜੋ ਮੌਜੂਦਾ ਉਰੇ ਰਜੀਆ ਸੁਲਤਾਨਾ ਮੈਡਮ ਵਿਧਾਇਕ ਆ ਉਰੇ ਦੇ ਹੈਗੇ, ਮਲੇਰਕੋਟਲਾ ਤਾਂ ਭੁੱਲ ਹੀ ਗਏ ਜਿਵੇਂ ਉਹ, ਉਹਨਾਂ ਦੇ PA ਉਰੇ ਆਉਂਦੇ ਨੇ, ਸੜਕਾਂ ਦਾ ਰੋਜ਼ ਪਾਉਂਦੇ ਨੇ ਉਹ ਉਦਘਾਟਨ, ਇੱਕ ਸੜਕ ਦਾ ਜੇ ਕਰਦੇ ਨੇ ਤਾਂ 4 ਉਹ ਪਟਵਾਉਂਦੇ ਨੇ, ਜਿਹਦੇ ਕਰਕੇ ਪਬਲਿਕ ਨੂੰ ਪਰੇਸ਼ਾਨੀ ਆ ਰਹੀ ਹੈ ਬਹੁਤ ਜ਼ਿਆਦਾ। ਇਹ ਸਮੱਸਿਆ ਸਭ ਤੋਂ ਬੜੀ ਹੈ, ਇਸ ਦੇ ਉੱਤੇ ਇਹਨਾਂ ਨੂੰ ਜਲਦ ਤੋਂ ਜਲਦ ਗੌਰ ਕਰਨਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਜਾ ਕੇ, ਹਾਈ ਕੋਰਟ ਦੇ ਵਿੱਚ ਜਾ ਕੇ ਇਸ ਦੀ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਇਸ ਦੇ ਉੱਪਰ ਪੂਰਾ। ਅਸੀਂ ਤਾਂ ਇਹੀ ਕਹਾਂਗੇ, ਇੱਕ ਦੋ ਜ਼ਖਮ ਨਹੀਂ ਪੂਰਾ ਸ਼ਹਿਰ ਹੀ ਛੱਲੀ ਹੈ। ਅੱਜ ਸ਼ਹਿਰ ਮਲੇਰਕੋਟਲਾ ਤੋਂ ਪਤਾ ਨਹੀਂ ਕਿਸ ਗੱਲ ਦਾ ਬਦਲਾ ਲਿਆ ਜਾ ਰਿਹਾ, ਸ਼ਹਿਰ ਮਲੇਰਕੋਟਲਾ ਦੇ ਲੋਕ ਇੰਨੇ ਦੁਖੀ ਹੋ ਗਏ, ਜਿੱਧਰੋਂ ਜਾ ਰਹੇ ਨੇ ਜਾਂ ਤਾਂ ਉਹ ਸੜਕਾਂ ਨੇ ਪੱਟ ਕੇ ਲੈ ਲਿਆ ਜਾਂ ਉਰੇ ਗਰਦੋ ਗਵਾਰ ਨੇ ਲੈ ਲਿਆ। ਅਸੀਂ ਤਾਂ ਇਹੀ ਪੁੱਛ ਰਹੇ ਹਾਂ ਪੰਜਾਬ ਸਰਕਾਰ ਤੋਂ, ਸਾਡੇ ਸ਼ਹਿਰ ਵਾਲਿਆਂ ਤੋਂ ਕੀ ਕਸੂਰ ਹੋ ਗਿਆ, ਕੋਈ ਤਾਂ ਸੜਕ ਛੱਡ ਦਿਓ ਲੋਕਾਂ ਨੂੰ ਲੰਘਣ ਵਾਸਤੇ,
सारा मलेरकोटला ही पट्टिया गया। एक सड़क का मुकम्मल कर लो, असी रोज़ देख रहे करे उत्थे उद्घाटन करे उत्थे उद्घाटन करे उत्थे उद्घाटन। मैं हाथ जोड़ के बेनती करदा सरकार नूं कोई एक सड़क मुकम्मल कर लो, उद्घाटन बाद चो भी कर लेंगे, पहले शहर वाले सहूलत दे दो। आ मेन सड़क है मलेरकोटला की, होस्पिटल नूं जांदी है, एक साइड पट्टी गई है, दूजी साइड जाम ही जाम लग्या पिया। इधर मरीज जाते हैं, डिलीवरी केस जाते हैं, लेकिन कोई नहीं पूछ रहा। दूजी गल असी पंजाब सरकार तो करते हैं, जो उरे मटीरियल लग रहा है इस मटीरियल बढ़िया लाया जाए। अगर ये मटीरियल नहीं बढ़िया लग्या जाता यदि असी जाँच करावे मौजूदा हाई कोर्ट के जज को, और असी कैप्टन साहब तो चीफ सैकटरी पंजाब तो विजय इंद्र सिंगला जी असी बेनती करते हैं, जो भी शहर के पैसा आया ये पैसे की देख रेख में एक कमेटी बनाई जाए, और इस मटीरियल उपर एक जांच बिठाई जाए ये मटीरियल किस तरह लग रहा है। लेकिन अपने सामने जो पैप पैन पैप में देख के ऐ लग रहा कि मैं पैप पुराने पट के नवे शहर शहर से लिया के सीटे हो। देश दुनिया दी ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफॉर्म के उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत, ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं, हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर के उत्ते खबरों के लिए फॉलो करो डेली अजीत, ते इंस्टाग्राम के उत्ते खबरों के नाल नाल वीडियो देखने दे लई फॉलो करो ब्लू टिक वाला साडा ऑफिशियल चैनल डेली अजीत। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।